ਕੀਤਾ ਸੋ ਰੈਫਰੀ ਨੇ ਮਿਕਡੇਵਿਡ ਦੇ ਬੋਲ ਪਸੰਦ ਨਹੀਂ ਕੀਤਾ ਮੈਨੂੰ ਤਾਂ ਦਿਸਰੀ ਪਨਾਲਟੀ ਪਰ ਫੇਰ ਵੀ ਪਾਵਰ ਪਲੇ ਦੂਸਰਾ ਮੈਚ ਦਾ ਬਲੈਕ ਹਾਕਸ ਨੇ ਤੇ ਕਰ ਦਿੱਤਾ ਗੋਲ ਦੋ ਪਾਵਰ ਪਲੇ ਗੋਲ ਦੋ ਮੌਕਿਆਂ ਤੇ ਲੀਡ ਹੋਰ ਵਧਾ ਦਿੱਤੀ ਕਾਨਰ ਮਿਕਡੇਵਿਡ ਇੱਕ ਦਮ ਚੁੱਪ ਚਾਪ ਪੈਨਲਟੀ ਬਾਕਸ ਦੇ ਵਿੱਚ ਤੇ ਟਿਊਵ ਟੁਰਵਾਈਨਨ ਦਾ ਗੋਲ ਮੰਨਿਆ ਜਾਣਾ ਪਾਵਰ ਪਲੇ ਗੋਲ ਦੂਜਾ ਸ਼ਿਕਾਗੋ ਬਲੈਕ ਹਾਕਸ ਵਾਸਤੇ ਤੇ ਮਿਕਡੇਵਿਡ ਵੀ ਕਾਫੀ ਬੈਂਸ ਕਰ ਰਿਹਾ ਕਹਿੰਦਾ ਯਾਰ ਪਨਾਲਟੀ ਤਾਂ ਬਣਦੀ ਨਹੀਂ ਸੀ ਤੇ ਦੇਖ ਲਓ ਹੁਣ ਹੋਰ ਗੋਲ ਸਾਡੇ ਹੋ ਗਿਆ ਹੁਣ ਤਾਂ ਜੋ ਮਰਜ਼ੀ ਕਹਿ ਲਾ ਮਿੱਤਰਾ ਜੋ ਹੋਣਾ ਸੀ ਹੋ ਗਿਆ ਤੇ ਅਸੀਂ ਪਹਿਲਾਂ ਸੈਥ ਜੋਨਸ ਲੱਗਦਾ ਸੀਗਾ ਕਿ ਤਿੱਖਾ ਨਿਸ਼ਾਨਾ ਲਾਉਣ ਲੱਗਾ ਸਲੈਪ ਪਾਸ ਦਿੱਤਾ ਟੇਰਵਾਈਨਨ ਨੂੰ ਤੇ ਟੇਰਵਾਈਨਨ ਪਾਸ ਕਰ ਰਿਹਾ ਸੀ ਫਲੀਨੋ ਨੂੰ ਪਰ ਉਹ ਪੱਕ ਬੱਜੀ ਆ ਡਾਰਨੈਲ ਨਰਸ ਦੇ ਸਕੇਟ ਦੇ ਵਿੱਚ ਤੇ ਟੱਪ ਦੀ ਟੱਪ ਗਈ ਚਲੀ ਗਈ ਨੈੱਟ ਦੇ ਵਿੱਚ